ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਨੀਲੀ ਰਾਵੀ ਦੇ ਵਿੱਚ ਦੋ ਮੱਝਾਂ। ਕੀ ਡਿਟੇਲ ਹੈਗੀ ਹੈ ਜੀ, ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਜੀ। ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਜੀ, ਪਿੰਡ ਹੈਗਾ ਪਿੰਡ ਲਹਿਰਾ ਹੈਗਾ ਦੋਸਤੋ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਮਹੂ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ 'ਤੇ, ਮਹੂ ਤੋਂ ਕੋਟ ਈਸੇ ਖਾਂ ਰੋਡ 'ਤੇ ਦੋਸਤੋ ਇਹ ਪਿੰਡ ਸਥਿਤ ਹੈਗਾ ਲਹਿਰਾ ਬਾਈ। ਇਸ ਦੇ ਮਾਲਕ ਜਿਹੜੇ ਹਨ ਦੋਸਤੋ ਗੁਰਵਿੰਦਰ ਜੀ ਹਨ। ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਦੋਸਤੋ, ਉਹ ਸਕਰੀਨ ਦੇ ਉੱਪਰ ਆਪਾਂ ਦਿਖਾਈ ਦੇ ਰਹੇ ਹਾਂ। ਤੁਹਾਨੂੰ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀਆਂ ਮੱਝਾਂ ਖਰੀਦ ਸਕਦੇ ਹੋ। ਸੋ ਦੋਸਤੋ, ਇਹਨਾਂ ਮੱਝਾਂ ਦੀ ਗੱਲ ਕਰੀਏ ਤਾਂ, ਜੇ ਇਸ ਪਹਿਲੀ ਮੱਝ ਦੀ ਗੱਲ ਕਰੀਏ ਤਾਂ ਦੋਸਤੋ, ਨੀਲੀ ਰਾਵੀ ਦੇ ਵਿੱਚ ਇਹ ਪਿਓਰ ਮੱਝ ਹੈਗੀ ਆ। ਚਾਰੇ ਪੈਰ ਦੋਸਤੋ ਵਾਈਟ ਹਨ, ਪੂਛ ਉੱਪਰ ਤੱਕ, ਸੂਹ 'ਤੇ ਨਿਸ਼ਾਨ, ਮੱਥਾ ਦੋਸਤੋ ਬੱਲਾ ਪਟੇ ਵਾਲਾ, ਮੂੰਹ ਹੈਗਾ ਦੋਸਤੋ ਤੁਸੀਂ ਵੇਖ ਸਕਦੇ ਹੋ, ਧਾਰੀ ਸਿੱਧੀ ਆਉਂਦੀ ਹੈਗੀ ਆ। ਬਾਕੀ ਅੱਖ ਦੋਸਤੋ ਬਿੱਲੀ ਲੱਗੀ ਆ, ਸਿੰਘ ਖੁੱਲ੍ਹਾ ਹੈਗਾ ਇਸ ਮੱਝ ਦਾ। ਬਾਕੀ ਦੋਸਤੋ ਜਿਹੜਾ ਸਟਰੈਕਚਰ ਆ ਬੋਡੀ, ਉਹ ਤੁਸੀਂ ਖੁਦ ਚੈੱਕ ਕਰ ਸਕਦੇ ਹੋ। ਕਾਫੀ ਜ਼ਿਆਦਾ ਵਧੀਆ ਉੱਚੀ ਹਾਈਟ ਵਾਲੀ ਦੋਸਤੋ ਇਹ ਜਿਹੜੀ ਮੱਝ ਹੈਗੀ ਆ। ਤਕਰੀਬਨ ਚੌਥਾ ਸੂਆ ਇਸ ਵਾਰ ਸੂਣ ਜਾ ਰਹੀ ਹੈ ਜੀ, 10 ਦਿਨ ਤਕਰੀਬਨ ਹਜੇ ਇਸਨੇ ਲੈ ਜਾਣੇ ਹਨ। ਪਿਛਲੇ ਤੀਜੇ ਸੂਏ ਦਾ ਜੇ ਮਿਲਕ ਦੀ ਗੱਲ ਕਰੀਏ ਦੋਸਤੋ, 15 ਲੀਟਰ ਮਿਲਕ ਦੀ ਇਸਨੇ ਚੁਆਈ ਕਰਵਾਈ ਆ। ਬਾਕੀ ਇਸ ਵਾਰ ਵੀ 15 ਪਲੱਸ ਉਮੀਦ ਕੀਤੀ ਜਾਂਦੀ ਆ। ਬਾਕੀ ਜਿਹੜੇ ਚਾਹਵਾਨ ਵੀਰ ਹੋਣ, ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰਕੇ ਦੋਸਤੋ ਇਹ ਜਿਹੜੀ ਮੱਝ ਖਰੀਦ ਸਕਦੇ ਹੋ। ਸੋ ਦੋਸਤੋ, ਨੀਲੀ ਰਾਵੀ ਦੀ ਇਹ ਪਿਓਰ ਬ੍ਰੀਡ ਦੇ ਵਿੱਚੋਂ ਮੱਝ ਹੈਗੀ ਆ, ਚੰਗਾ ਰਵਾ ਹੈਗਾ ਦੋਸਤੋ। ਜਿਹੜੇ ਵੀਰ ਚਾਹਵਾਨ ਹੋਣ, ਉਹ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਦੋਸਤੋ ਜ਼ਰੂਰ ਖਰੀਦ ਸਕਦੇ ਹੋ। ਬਾਕੀ ਦੋਸਤੋ, ਤਸੱਲੀ ਤੁਸੀਂ ਆਪਣੀ ਖੁਦ ਕਰਨੀ ਹੈਗੀ ਹੈ। ਜਿਹੜਾ ਮੁੱਲ ਹੈਗਾ ਇਹ 1,05,000 ਰੁਪਇਆ ਦੋਸਤੋ ਇਸਦੀ ਡਿਮਾਂਡ ਹੈਗੀ ਆ। ਮੌਕੇ 'ਤੇ ਮਾਣ ਤਾਣ ਜ਼ਰੂਰ ਕੀਤਾ ਜਾਵੇਗਾ। ਬਾਕੀ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ, ਫਿਕਸ ਮੁੱਲ ਨਹੀਂ ਹੈਗਾ, ਤੁਸੀਂ ਆਪਣੇ ਹਿਸਾਬ ਨਾਲ ਮੁੱਲ ਲਗਾ ਸਕਦੇ ਹੋ। ਪਹਿਲਾਂ ਪਹੁੰਚ ਕਰਕੇ ਦੋਸਤੋ ਬਿਲਕੁਲ ਆਪਦੀ ਚੰਗੀ ਤਰ੍ਹਾਂ ਪਰਖ ਕਰ ਲਓ, ਆਪਦੀ ਤਸੱਲੀ ਕਰ ਲਓ, ਪਸੰਦ ਆਉਂਦੀ ਆ ਮੁੱਲ ਤੈਅ ਹੋ ਜਾਏਗਾ ਦੋਸਤੋ। ਬਾਕੀ ਤੁਸੀਂ ਵੇਖ ਸਕਦੇ ਹੋ ਥਣਾਂ ਦੀ ਦੋਸਤੋ ਬਹੁਤ ਜ਼ਿਆਦਾ ਵਧੀਆ ਹੈਗੀ ਹੈ। ਹਵਾਨਾ ਹਜੇ ਤਕਰੀਬਨ 2-4-5 ਦਿਨ ਦੇ ਦੌਰਾਨ ਇਸਨੇ ਹੋਰ ਕਾਫੀ ਲਾਹ ਲੈਣਾ, ਕਾਫੀ ਵਧੀਆ ਆਰਡਰ ਹਜੇ ਹੋਰ ਵੀ ਬਣਾ ਲੈਣਾ। ਤਕਰੀਬਨ 10 ਦਿਨ ਦਾ ਸਮਾਂ ਬਾਈ ਹੋਰਾਂ ਦੱਸਿਆ ਵੀ ਹਜੇ ਪਿਆ ਹੈ। ਬਾਕੀ ਨੇੜੇ ਜਾ ਕੇ ਹਵਾਨਾ ਬਹੁਤ ਚੰਗਾ ਖੂਬ ਇਹ ਬਣਾ ਲੈਂਦੀ ਆ। ਬਾਕੀ ਤੁਸੀਂ ਦੋਸਤੋ ਵੇਖ ਸਕਦੇ ਹੋ ਢਿੱਲਾਂ ਹੈਗੀਆਂ ਨੇ ਹਜੇ ਹਵਾਨੇ ਦੇ ਵਿੱਚ। ਤਕਰੀਬਨ ਹਜੇ ਹਵਾਨਾ ਇਸਨੇ ਹੋਰ ਤਿਆਰ ਕਰ ਲੈਣਾ ਹੈ ਕੁਝ ਕੁ ਦਿਨਾਂ ਦੇ ਦੌਰਾਨ ਦੋਸਤੋ ਸੂਣ ਤੋਂ ਪਹਿਲਾਂ। ਦੋਸਤੋ ਹਵਾਨਾ ਕਾਫੀ ਜ਼ਿਆਦਾ ਸੋਹਣਾ, ਚੰਗੀ ਸ਼ੇਪ ਤਿਆਰ ਹੋ ਜਾਏਗੀ ਹਵਾਨੇ ਦੀ। ਬਾਕੀ ਤੁਸੀਂ ਵੇਖ ਸਕਦੇ ਹੋ ਦੋਸਤੋ ਜਿਹੜਾ ਪਿੱਠ ਪੁੜਾ ਝੋ ਮੱਝ ਦਾ, ਕਾਫੀ ਜ਼ਿਆਦਾ ਸੋਹਣਾ ਪਿੱਠ ਪੁੜਾ ਹੈਗਾ ਦੋਸਤੋ। ਜਿਹੜਾ ਦੋਸਤੋ ਉਚਾਈ ਹੈ, ਲੰਬਾਈ ਆ ਮੱਝ ਦੀ, ਕਾਫੀ ਜ਼ਿਆਦਾ ਸੋਹਣੀ ਹੈਗੀ ਆ, ਖੁੱਲ੍ਹੀ ਉਚਾਈ ਲੰਬਾਈ ਹੈਗੀ ਦੋਸਤੋ। ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਮੱਝ ਉਚਾਈ ਦੇ ਵਿੱਚ ਵੀ ਕਾਫੀ ਖੂਬਸੂਰਤ ਹੈ। ਬਾਕੀ ਦੋਸਤੋ ਦੁੱਧ ਦੀ ਗੱਲ ਆਪਾਂ ਤੁਹਾਨੂੰ ਫਿਰ ਦੱਸ ਦੇਣੇ ਵੀ ਦੁੱਧ 15 ਪਲੱਸ ਹੀ ਕਰੇਗੀ, ਘੱਟ ਨਹੀਂ ਕਰਦੀ, 15 ਪਲੱਸ ਹੀ ਇਹ ਮੱਝੜੇ ਦੁੱਧ ਕਰੇਗੀ। ਚਾਹਵਾਨ ਵੀਰ ਆਪਦੀ ਨਿਰਖ ਪਰਖ ਕਰ ਸਕਦੇ ਹੋ ਦੋਸਤੋ, ਇਹ ਜਿਹੜੀ ਮੈਂ ਖਰੀਦ ਸਕਦੇ ਹੋ। ਬਾਈ ਗੁਰਵਿੰਦਰ ਜੀ ਹੋਣਾ ਦੇ ਉੱਪਰ ਦਿੱਤੇ ਗਏ ਨੰਬਰ ਹਨ ਦੋਸਤੋ, ਨੰਬਰਾਂ 'ਤੇ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਥਣ ਕਾਫੀ ਜ਼ਿਆਦਾ ਵਧੀਆ ਹੈਗਾ, ਬਿਰਲ ਵੀ ਚੰਗੀ ਹੈਗੀ ਹੈ ਦੋਸਤੋ, ਤੁਸੀਂ ਖੁਦ ਵੇਖ ਸਕਦੇ ਹੋ, ਸੋਹਣਾ ਥਣ ਹੈਗਾ, ਬਰਾਬਰ ਦਾ ਥਣ ਲੱਗਾ ਹੈਗਾ ਦੋਸਤੋ। ਚੰਗੇ ਆਰਡਰ ਵਾਲੀ ਇਹ ਦੋਸਤੋ ਮੱਝ ਹੈਗੀ ਆ, ਚਾਹਵਾਨ ਵੀਰ ਸੰਪਰਕ ਕਰ ਸਕਦੇ ਹਨ। ਸੋ ਦੋਸਤੋ, ਜੇ ਆਪਾਂ ਅਗਲੀ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਚੌਥਾ ਸੂਆ ਬਾਈ ਹੋਰਾਂ ਦੱਸਿਆ ਵੀ ਸੂਣ ਜਾ ਰਹੀ ਆ। ਤੀਜੇ ਸੂਬੇ ਦਾ ਇਸਦਾ ਮਿਲਕ ਦੋਸਤੋ 15 ਪਲੱਸ ਸੀਗਾ, ਬਾਈ ਹੋਰਾਂ ਹੱਥੀ ਚੋਇਆ ਹੈਗਾ। ਥਣਾਂ ਦੀ
ਹਵਾਨੇ ਦੀ ਬਿਲਕੁਲ ਸਾਫ਼ ਹੈਗੀ ਆ। ਬਾਕੀ ਤੁਸੀਂ ਦੋਸਤੋ ਵੇਖ ਸਕਦੇ ਹੋ ਕਿਤੇ ਨਾ ਕਿਤੇ ਨੀਲੀ ਰਾਵੀ ਦੀ ਮਿਕਸਅਪ ਇਹ ਬਰੀਡ ਹੈਗੀ ਆ। ਰਵਾ ਦੋਸਤੋ ਚੰਗਾ ਹੈਗਾ, ਚੰਗੇ ਰਵੇ ਦੇ ਵਿੱਚ ਹੈਗੀ ਆ, ਮਿਲਕ ਕਾਫੀ ਖੁੱਲ੍ਹਾ ਹੈਗਾ। ਜਿਹੜਾ ਹਵਾਨਾ ਹੈ ਕੁਝ ਦਿਨਾਂ ਦੇ ਦੌਰਾਨ ਸੂਣ ਤੋਂ ਪਹਿਲਾਂ ਇਹ ਬਹੁਤ ਵਧੀਆ ਹੋਰ ਬਣਾ ਲੈਂਦੀ ਆ, ਕਿਉਂਕਿ ਢਿੱਲਾਂ ਕਾਫੀ ਜ਼ਿਆਦੀਆਂ ਨੇ, ਹਜੇ 10 ਤੋਂ 12 ਦਿਨ ਪਏ ਵੀ ਹੈ ਨਾ। ਬਾਕੀ ਦੋਸਤੋ ਜਿਹੜੇ ਵੀਰ ਚਾਹਵਾਨ ਹੋਣ ਉਹ ਇਹ ਮੱਝ ਖਰੀਦ ਸਕਦੇ ਹੋ। ਚੌਥਾ ਸੂਆ ਇਸ ਵਾਰ ਸੂਣ ਜਾ ਰਹੀ ਹੈ ਵੀਰਿਓ, ਮੁੱਲ 1,05,000 ਰੁਪਇਆ ਇਸ ਦੀ ਡਿਮਾਂਡ ਹੈਗੀ ਆ। ਮਾਨਤਾਨ ਦੋਨਾਂ ਮੱਝਾਂ ਦੇ ਵਿੱਚੋਂ ਕੀਤਾ ਜਾਵੇਗਾ। ਜਿਹੜੇ ਵੀਰ ਮੱਝਾਂ ਲੈਣ ਦੇ ਸੰਬੰਧ ਵਿੱਚ ਪਹੁੰਚਦੇ ਹਨ ਉਹਨਾਂ ਦਾ ਮਾਨਤਾਨ ਜ਼ਰੂਰ ਕੀਤਾ ਜਾਵੇਗਾ। ਬਾਕੀ ਦੋਸਤੋ ਜਿਹੜੀ ਤੁਸੀਂ ਪਰਖ ਆ ਇਹ ਖੁਦ ਨੇ ਆਪ ਕਰਨੀ ਆ, ਆਪਦੀ ਪਰਖ ਕਰਕੇ ਆਪਦੀ ਤਸੱਲੀ ਕਰਕੇ ਤੁਸੀਂ ਦੋਸਤੋ ਖੁਦ ਪੈਸੇ ਲਗਾ ਸਕਦੇ ਹੋ। ਬਾਈ ਨੂੰ ਪੂਰਾ ਜਿਹੜਾ ਲੱਗੂਗਾ ਰੇਟ ਅਤੇ ਉਹ ਤੁਹਾਡੇ ਨਾਲ ਤਾਲਮੇਲ ਬਿਠਾ ਲੈਣਗੇ। ਜਿਹੜੇ ਵੀਰ ਚਾਹਵਾਨ ਹੋਣ ਉੱਪਰ ਦਿੱਤੇ ਗਏ ਨੰਬਰ ਦੋਸਤੋ ਸੰਪਰਕ ਕਰਕੇ ਇਹ ਮੱਝਾਂ ਖਰੀਦ ਸਕਦੇ ਹੋ। ਸੋ ਕਿਸਾਨ ਵੀਰੋ ਜਿਹੜੀ ਹਵਾਨੇ ਦੀ ਬਣਤਰ ਸ਼ੇਪ ਆ ਤੁਸੀਂ ਖੁਦ ਵੇਖ ਸਕਦੇ ਹੋ, ਥਣਾਂ ਦੀ ਲੰਬਾਈ, ਬਾਕੀ ਹਵਾਨਾ ਦੋਸਤੋ ਤੁਸੀਂ ਖੁਦ ਵੇਖ ਸਕਦੇ ਹੋ। ਹਜੇ ਦੋਸਤੋ ਹਵਾਨਾ ਹਜੇ ਪਿੱਛੇ ਨੂੰ ਇਹਨੇ ਹੋਰ ਬਣਾ ਲੈਣਾ ਕਿਉਂਕਿ ਢਿੱਲ ਕਾਫੀ ਜ਼ਿਆਦਾ ਹੈਗੀ ਆ। ਬਿਲਕੁਲ ਹਵਾਨਾ ਰੈਡੀ ਹੋ ਕੇ ਫਿਰ ਦੋਸਤੋ ਇਸਨੇ ਸੂਣਾ। ਇਹ ਬਾਈ ਵੱਲੋਂ ਦੱਸਿਆ ਗਿਆ ਵੀ ਪੂਰਾ ਹਵਾਨਾ ਤਿਆਰ ਕਰਕੇ ਹਜੇ ਇਸਨੇ ਸੂਣਾ, 10 ਤੋਂ 12 ਦਿਨਾਂ ਦੇ ਦੌਰਾਨ ਇਹ ਹਵਾਨਾ ਹੋਰ ਇਸਨੇ ਲਾ ਲੈਣਾ ਹੈਗਾ। ਬਾਕੀ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਉਹ ਉੱਪਰ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਦੋਸਤੋ ਮੌਕੇ 'ਤੇ ਪਹੁੰਚ ਕੇ ਆਪਦੀ ਬਿਲਕੁਲ ਨਰਕ ਪਰਕ ਤੁਸੀਂ ਕਰਕੇ ਫਿਰ ਹੀ ਮੱਝਾਂ ਖਰੀਦਿਆ ਕਰੋ। ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ।